ये है आपका अपना सबरंग 94.7 FM। जी सबरंग रेडियो 94.7 FM ਦੇ ਸਾਰੇ ਲਿਸਨਰਸ ਦਾ ਤੁਹਾਨੂੰ ਸਪੈਸ਼ਲ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ। ਨੌ ਸਰਕਾਰਾਂ ਨੇ ਆਪਣੇ ਕੇਸ ਆ ਜਿਹੜੇ ਕੇਂਦਰ ਸਰਕਾਰ ਨੂੰ ਯੈਸ ਕਰਕੇ ਭੇਜ ਦਿੱਤੇ ਨੇ, ਪਰ ਪੰਜਾਬ ਨੇ ਅਜੇ ਤੱਕ ਯੈਸ ਨੂੰ ਕੁਝ ਵੀ ਨਹੀਂ ਭੇਜਿਆ। ਜੱਟਾਂ ਨੂੰ ਰਿਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੇ ਵੀ ਕੋਈ ਜਵਾਬ ਅਜੇ ਤੱਕ ਕੇਂਦਰ ਸਰਕਾਰ ਨੂੰ ਨਹੀਂ ਦਿੱਤਾ, ਕਿਉਂਕਿ ਇੱਕ ਮਹੀਨੇ ਦਾ ਸਮਾਂ ਕੇਂਦਰ ਸਰਕਾਰ ਨੇ ਦਿੱਤਾ ਸੀ। ਸੋ ਕੈਪਟਨ ਨੇ ਆਖਿਆ ਕਿ ਅਗਰ ਜੱਟਾਂ ਨੂੰ ਪੰਜਾਬ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਮਿਲਦਾ ਤਾਂ ਬਾਦਲ ਸਾਹਿਬ ਇਸ ਦੇ ਲਈ ਜ਼ਿੰਮੇਵਾਰ ਹੋਣਗੇ। ਉਧਰ ਪ੍ਰਤਾਪ ਸਿੰਘ ਬਾਜਵਾ ਦੀ ਨਸ਼ਿਆਂ ਦੇ ਵਿੱਚ ਸ਼ਮੂਲੀਅਤ ਬਾਰੇ ਵੀ ਇੱਕ ਚਿੱਠੀ ਸੋਨੀਆ ਗਾਂਧੀ ਨੂੰ ਕੈਪਟਨ ਅਮਰਿੰਦਰ ਨੇ ਲਿਖੀ ਸੀ, ਜਿਸ ਦੇ ਬਾਰੇ ਉਹਨਾਂ ਨੇ ਮੰਨਿਆ ਕਿ ਹਾਂ ਮੈਂ ਬਿਲਕੁਲ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੀ ਨਸ਼ਿਆਂ ਦੇ ਵਿੱਚ ਡਰੱਗ ਤਸਕਰੀ ਦੇ ਵਿੱਚ ਸ਼ਮੂਲੀਅਤ ਦੀ ਬਾਬਤ ਇੱਕ ਚਿੱਠੀ ਹੈ ਜਿਹੜੀ ਸੋਨੀਆ ਗਾਂਧੀ ਨੂੰ ਲਿਖੀ ਸੀ, ਤੇ ਉਹ ਕੱਲ ਵੀ ਇਸੇ ਸਟੈਂਡ ਤੇ ਅੜੇ ਰਹੇ ਕਿ ਭੋਲਾ ਜਗਦੀਸ਼ ਭੋਲਾ ਦੀ ਡਰੱਗ ਤਸਕਰੀ ਦੇ ਮਾਮਲੇ ਦੇ ਵਿੱਚ CBI ਜਾਂਚ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਗਰ CBI ਨੂੰ ਜਾਂਚ ਦਿੱਤੀ ਜਾਂਦੀ ਹੈ ਤਾਂ ਇਹ ਮਸਲਾ ਸਾਲਾਂ ਬੱਧੀ ਅੜਕ ਜਾਵੇਗਾ। ਉਹਨਾਂ ਆਖਿਆ ਕਿ SP ਪਟਿਆਲਾ ਹੀ ਇਸ ਦੀ ਜਾਂਚ ਕਰਨ ਦੇ ਲਈ ਸਮਰੱਥ ਅਫਸਰ ਨੇ, ਤੇ ਉਧਰ ਭੋਲੇ ਦਾ ਪਿਤਾ ਬਲਛਿੰਦਰ ਸਿੰਘ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪੁੱਜਾ ਕਿ ਉਸਦੇ ਬੇਟੇ ਜਗਦੀਸ਼ ਭੋਲੇ ਨੂੰ ਖਤਮ ਕੀਤਾ ਜਾ ਸਕਦਾ ਪੰਜਾਬ ਪੁਲਿਸ ਵੱਲੋਂ। ਸੋ ਇਸ ਮਾਮਲੇ ਦੇ ਵਿੱਚ ਜਿਹੜੀ ਭੋਲੇ ਦੀ 20 ਜਨਵਰੀ ਨੂੰ ਪੇਸ਼ੀ ਹੈ ਤੇ ਅਗਲੀ ਇਸ ਉੱਤੇ ਸੁਣਵਾਈ ਕਿ ਕੇਸ CBI ਨੂੰ ਦਿੱਤਾ ਜਾਣਾ, ਉਸ ਮਾਮਲੇ ਦੇ ਵਿੱਚ CBI ਨੂੰ ਕੇਸ ਦਿੱਤੇ ਜਾਣ ਬਾਰੇ ਜਾਂ ਨਾ ਦਿੱਤੇ ਜਾਣ ਬਾਰੇ। ਇਹ ਜਿਹੜਾ ਰੀਤਾ ਬਿਹਾਰੀ ਦੀ ਅਦਾਲਤ ਹੈ ਜਿਹੜੀ ਉਹ 10 ਫਰਵਰੀ ਨੂੰ ਕੋਈ ਫੈਸਲਾ ਕਰੇਗੀ। ਤੇ ਡਰੱਗ ਤਸਕਰੀ ਦੇ ਮਾਮਲੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਦੇ ਵਿਚਕਾਰ ਬੁਰੀ ਤਰ੍ਹਾਂ ਫਾਟੋ ਤਾੜ ਹੋ ਗਈ ਹੈ, ਤੇ ਉਧਰ ਅਕਾਲੀਆਂ ਨੇ ਵੀ ਬਾਜਵਾ ਤੇ ਇਸ ਤਰ੍ਹਾਂ ਦੇ ਦੋਸ਼ ਲਾਏ ਨੇ, ਤੇ ਬਾਜਵਾ ਦਾ ਪੁਤਲਾ ਵੀ ਕਈ ਜਗ੍ਹਾ ਪੰਜਾਬ ਦੇ ਵਿੱਚ ਸਾੜਿਆ ਜਾ ਰਿਹਾ ਯੂਥ ਅਕਾਲੀਆਂ ਵੱਲੋਂ, ਤੇ ਉਧਰ ਕਾਂਗਰਸ ਨੇ ਵੀ ਕਈ ਜਗ੍ਹਾ ਮਜੀਠੀ ਦੇ ਪੁਤਲੇ ਆ ਜਿਹੜੇ ਸਾੜੇ ਨੇ, ਤੇ ਮੋਗਾ ਦੇ ਵਿੱਚ ਵੀ ਮਜੀਠੀ ਨੂੰ ਕਾਲੇ ਝੰਡੇ ਦਿਖਾਉਣ ਦੇ ਦੋਸ਼ਾਂ ਦੇ ਅਧੀਨ ਹੈ ਜਿਹੜਾ ਕਈ ਲੋਕ ਫੜੇ ਗਏ ਨੇ। ਤੇ ਪੀਪਲਸ ਪਾਰਟੀ ਦੇ ਬਾਰੇ ਜਿਸ ਤਰ੍ਹਾਂ ਜੋਗਿੰਦਰ ਯਾਦਵ ਚੰਡੀਗੜ੍ਹ ਦੇ ਵਿੱਚ ਆਏ ਤਾਂ ਪ੍ਰੈਸ ਨੇ ਪੁੱਛਿਆ ਕਿ ਗੁਰਬਖਸ਼ ਸਿੰਘ ਖਾਲਸਾ ਦੇ ਭੁੱਖ ਹੜਤਾਲ ਸਮਾਗਮ ਦੇ ਦੌਰਾਨ ਸ਼ਸ਼ੀ ਕਾਂਤ ਹੋਰਾਂ ਨੇ ਪੰਜਾਬ ਦਾ ਹੀਰੋ ਪਿੰਡਰਾਂਵਾਲਾ ਨੂੰ ਦੱਸਿਆ ਸੀ, ਤਾਂ ਜੋਗਿੰਦਰ ਯਾਦਵ ਨੇ ਇਹ ਗੱਲ ਸਪਸ਼ਟ ਕੀਤੀ ਕਿ ਪਿੰਡਰਾਂਵਾਲਾ ਆਮ ਆਦਮੀ ਦੀ ਪਾਰਟੀ ਦੇ ਹੀਰੋ ਨਹੀਂ ਹੈ। ਮੈਂ ਇਸ ਦਾ ਬਾਰੇ ਉਹ ਹੋਰ ਕੁਛ ਨਹੀਂ ਕਹਿਣਾ ਚਾਹੁੰਦੇ, ਤੇ ਉਧਰ ਮਨਪ੍ਰੀਤ ਬਾਦਲ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਜੋਗਿੰਦਰ ਯਾਦਵ ਵੱਲੋਂ ਗੱਠਜੋੜ ਨਾ ਕਰਨ ਦਿੱਤੇ ਜਾਣ ਦੇ ਬਿਆਨਾਂ ਦੀ ਬਾਬਤ ਆਖਿਆ ਕਿ ਪੀਪਲਸ ਪਾਰਟੀ ਕਿਸੇ ਦੇ ਕੰਧਾੜੇ ਚੜ ਕੇ ਪੰਜਾਬ ਦੇ ਮਸਲੇ ਦਾ ਹੱਲ ਨਹੀਂ ਕਰਾਏਗੀ। ਜਾਣੀ ਕਿ ਮਨਪ੍ਰੀਤ ਬਾਦਲ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਆਮ ਆਦਮੀ ਦੀ ਪਾਰਟੀ ਤੱਕ ਪਹੁੰਚ ਹੈ ਜਿਹੜੀ ਨਹੀਂ ਕੀਤੀ। ਤੇ ਪੌਂਟੀ ਚੱਡਾ ਕਤਲ ਕੇਸ ਦੇ ਮਾਮਲੇ ਦੇ ਵਿੱਚ ਜਿਹੜੇ ਦੋਸ਼ ਆਇਦ ਕਰਨ ਦੇ ਹੁਕਮ ਦਿੱਲੀ ਦੀ ਕੋਰਟ ਨੇ ਦਿੱਤੇ ਨੇ, ਤੇ ਉਧਰ ਪੰਜਾਬ ਦੇ ਵਿੱਚ ਵੀ ਇਮਰਾਨ ਸਾਹਿਬ ਜਿਸ ਤਰ੍ਹਾਂ ਪਤੰਗਬਾਜ਼ੀ ਇਸ਼ਕ ਪੇਚਿਆਂ ਦਾ ਆਈਵੋ ਹੋਈ ਜਾ ਰਹੀ ਹੈ। ਸੋ ਉਸ ਸਿਲਸਿਲੇ ਦੇ ਵਿੱਚ ਜਿਹੜੀ ਚਾਈਨਾ ਡੋਰ ਹੈ ਉਹ ਲੋਕਾਂ ਦੇ ਗਲੇ ਕੱਟ ਰਹੀ ਹੈ। ਸੋ ਹੈਰਾਨੀ ਦੀ ਗੱਲ ਹੈ ਕਿ ਪਾਬੰਦੀ ਦੇ ਬਾਵਜੂਦ ਧੜਾ ਧੜ ਇਹ ਚਾਈਨਾ ਡੋਰ ਪੰਜਾਬ ਦੇ ਵਿੱਚ ਵਿਕ ਰਹੀ ਹੈ। ਸੋ ਪਿਛਲੇ ਦਿਨਾਂ ਤੋਂ ਕਾਫੀ ਲੋਕਾਂ ਦੇ ਨੱਕ ਮੁੱਲ ਹੈ ਜਿਹੜੇ ਕੱਟੇ ਗਏ ਨੇ, ਕਿਉਂਕਿ ਇੱਕ ਬੱਚੇ ਨੂੰ ਵੀ ਕਰੰਟ ਵੱਜਿਆ ਚਾਈਨਾ ਡੋਰ ਦੇ ਨਾਲ ਜੋ ਖੜਾ ਰਿਹਾ ਸੀ, ਤੇ ਚਾਈਨਾ ਡੋਰ ਨੇ ਕੱਲ ਇੱਕ ਹੋਰ ਵਿਅਕਤੀ ਦੀ ਜਾਨ ਹੈ ਜਿਹੜੀ ਲੈ ਲਈ ਹੈ, ਕਿਉਂਕਿ ਇਹ ਜਿਹੜੀ ਡੋਰ ਹੈ ਸੜਕਾਂ ਤੇ ਡਿੱਗੀ ਹੁੰਦੀ ਹੈ, ਤੇ ਜਦੋਂ ਕੋਈ ਬਾਈਕ ਸਵਾਰ ਤੇਜ਼ ਰਫ਼ਤਾਰ ਨਾਲ ਨਿਕਲਦਾ ਹੈ ਤੇ ਕਈ ਵਾਰੀ ਸਾਹ ਰਗ ਜਾਂ ਹੋਰ ਚੀਜ਼ਾਂ ਨੂੰ ਕੱਟ ਦਿੰਦੀ ਹੈ, ਬੜੀ ਸਖ਼ਤ ਕਿਸਮ ਦੀ ਇਹ ਡੋਰ ਹੈ। ਸੋ ਆਪਣੀ ਵਾਈਫ ਦੇ ਨਾਲ ਬਾਰਸਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਜਾ ਰਿਹਾ ਫੌਜੀ ਸਾਬਕਾ ਸੂਬੇਦਾਰ ਮੇਜਰ ਭੀਮ ਸਿੰਘ 55 ਸਾਲਾ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆ ਕੇ ਮੌਤ ਦਾ ਸ਼ਿਕਾਰ ਹੋ ਗਿਆ, ਤੇ ਉਸਦੀ ਪਤਨੀ ਹਰਜੀਤ ਕੌਰ ਵੀ ਇਸ ਦੁਰਘਟਨਾ ਦੇ ਵਿੱਚ ਜ਼ਖਮੀ ਹੋ ਗਈ, ਤੇ ਉਹਨਾਂ ਤੋਂ ਅੱਗੇ ਉਹਨਾਂ ਦੀ ਬੇਟੀ ਜਾ ਰਹੀ ਸੀ ਬਾਈਕ ਤੇ, ਜਿਸ ਨੂੰ ਕੁਝ ਪਤਾ ਨਹੀਂ ਲੱਗਿਆ, ਬੇਟੀ ਕਮਲਪ੍ਰੀਤ ਘਰੇ ਚਲੀ ਗਈ, ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆ ਕੇ ਉਸਦੇ ਫਾਦਰ ਤੇ ਮਦਰ ਹੈ ਜਿਹੜੇ ਡਿੱਗ ਪਏ ਨੇ, ਜਿਸ ਕਾਰਨ ਇਸਦੇ ਫਾਦਰ ਦਾ ਨੱਕ ਮੁੱਲ ਅਤੇ ਹੋਰ ਕਈ ਚੀਜ਼ਾਂ ਕੱਟੀਆਂ ਗਈਆਂ, ਨਸਾਂ ਕੱਟ ਜਾਣ ਕਾਰਨ ਇਸ ਸਾਬਕਾ ਫੌਜੀ ਭੀਮ ਸਿੰਘ ਦੀ ਮੌਤ ਹੋ ਗਈ ਹੈ। ਸ਼ਾਇਦ ਚਾਈਨਾ ਦੇ ਫਰੰਟ ਤੇ ਚੈਨੀ ਫੌਜੀਆਂ ਨਾਲ ਲੜਦੇ ਤਾਂ ਇਸ ਭੀਮ ਸਿੰਘ ਦੀ ਜਿਹੜੀ ਜਾਨ ਨਹੀਂ ਸੀ ਗਈ, ਪਰ ਅਫਸੋਸ ਕਿ ਚਾਈਨਾ ਡੋਰ ਨੇ ਇਸ ਭੀਮ ਸਿੰਘ ਦੀ ਜਾਨ ਲੈ ਲਈ ਹੈ। ਜੀ ਜੀ ਟੋਣਾ ਸਾਹਿਬ, ਮੈਨੂੰ ਯਾਦ ਹੈ ਜਦੋਂ ਲੋਹੜੀ ਦੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਆਪਾਂ ਕਿੱਡੀ ਕੱਚ ਸਪੈਸ਼ਲ ਪਵਾਇਆ ਜਾਂਦਾ ਸੀਗਾ, ਉੱਥੇ ਵੀ ਕਿ ਵੱਧ ਤੋਂ ਵੱਧ ਕੱਚ ਪਾਇਆ ਜਾਵੇ ਅਤੇ ਫਿਰ ਬਾਅਦ 'ਚ ਹੱਥਾਂ ਦੇ ਵਿੱਚ ਖੂਨ ਨਿਕਲਦਾ ਰਹਿੰਦਾ ਸੀ, ਕਿੰਨਾ ਦਰਦਨਾਕ ਹੁੰਦਾ ਸੀ, ਪਰ ਫਿਰ ਵੀ ਲੋਕ ਜਿਹੜੇ ਆ ਉਹ ਪਤੰਗਬਾਜ਼ੀ ਤੋਂ ਬਾਜ਼ ਨਹੀਂ ਆਉਂਦੇ। ਕਿੰਨੇ ਲੋਕ ਇਸ ਤੋਂ ਜਿਹੜੇ ਜਾਨ ਤੋਂ ਹੱਥ ਤੋਂ ਬੈਠੇ ਨੇ,
ਤੇ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਬਹੁਤ ਘਾਟ ਹੈ, ਸੋ ਲੱਗਦਾ ਕਿ ਛਿੱਤਰ ਪੌਲਾ ਹੀ ਹਿੱਸਾ ਜਾ ਰਿਹਾ। ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਧੜਾ ਧੜਾ ਏ ਟੀ ਐਮ ਲੁੱਟੇ ਜਾ ਰਹੇ ਨੇ, ਉਸ ਸਿਲਸਿਲੇ ਦੇ ਵਿੱਚ ਇਕੱਲੇ ਦੁਆਬਾ ਇਲਾਕੇ ਦੇ ਵਿੱਚ ਬੀਤੇ ਵਰ੍ਹੇ ਦੇ ਵਿੱਚ 12 ਤੋਂ ਵੱਧ ਜਿਹੜੇ ਏ ਟੀ ਐਮ ਮਸ਼ੀਨਾਂ ਨੇ ਉਹ ਨਿਸ਼ਾਨਾ ਬਣੀਆਂ ਨੇ, ਜਿਨ੍ਹਾਂ ਦੇ ਵਿੱਚੋਂ ਕੋਈ ਬਹੁਤ ਏ ਟੀ ਐਮ ਚੋਰ ਅਜੇ ਤੱਕ ਨਹੀਂ ਫੜੇ ਗਏ। ਤੇ ਕੱਲ੍ਹ ਫਿਰ ਜਲੰਧਰ ਪਠਾਨਕੋਟ ਰੋਡ ਤੇ ਪਿੰਡ ਰੋਹਵਾਲੀ ਦੇ ਵਿੱਚ ਵੀ ਜਿਹੜਾ ਪੰਜਾਬ ਨੈਸ਼ਨਲ ਬੈਂਕ ਦੇ ਏ ਟੀ ਐਮ ਨੂੰ ਲੁੱਟਣ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਗਈ। ਸੋ ਪੰਜਾਬ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੀਆਂ ਜਿਹੜੀਆਂ ਏ ਟੀ ਐਮ ਲੁੱਟਣ ਦੀਆਂ ਵਾਰਦਾਤਾਂ ਨੇ ਉਹ ਸਭ ਤੋਂ ਵੱਧ ਹੋਈਆਂ। ਪਰਦੇਸੀ ਮਿੱਟੀ ਤੇ ਜਿਉਣ ਦਾ ਦੇਸੀ ਨਵੇਂ ਪੁਰਾਣੇ ਗਾਣੇ ਸੈਲੀਬ੍ਰਿਟੀ ਤੇ ਹੋਰ ਵੀ ਮਨੋਰੰਜਕ ਪ੍ਰੋਗਰਾਮਾਂ ਦਾ ਔਨ ਏਅਰ ਚੈਨਲ ਜੋ ਹੈ ਸਭ ਤੋਂ ਦਬੰਗ ਸਭਰੰਗ 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 94.7 FM ਸਭਰੰਗ।